ਸਵਾਗਤ ਹੈ ਜੀ ਸਾਰੇ ਵੀਰਾਂ ਦਾ ਦੋਸਤੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 7-8 ਨਾਗ ਦਿਖਾਉਣੇ ਆ ਇੱਕੋ ਵੀਡੀਓ ਦੇ ਵਿੱਚ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ ਜੇ ਨੰਬਰ ਸਾਰੇ ਵੀਰਾਂ ਦੇ ਅਲੱਗ-ਅਲੱਗ ਜਿਹੜੇ ਸਕਰੀਨ ਤੇ ਲੱਗੇ ਹੋਣਗੇ ਜਿਵੇਂ-ਜਿਵੇਂ ਜਿਹੜੇ ਜਾਨਵਰ ਦੀ ਗੱਲ ਕਰਾਂਗੇ ਨਾਲ ਉਹਦਾ ਨੰਬਰ ਵੀ ਲੱਗਾ ਹੋਊਗਾ ਜਿਹੜਾ ਤੁਹਾਨੂੰ ਪਸੰਦ ਆਇਆ ਜਿਹੜਾ ਤੁਹਾਡੇ ਬਾਈਟ ਦੇ ਅਨੁਸਾਰ ਠੀਕ ਬੈਠਦਾ ਹੋਇਆ ਉਹ ਇਹਨਾਂ ਨਾਲ ਗੱਲਬਾਤ ਤੁਸੀਂ ਆਪ ਕਰ ਲੈਣੀ ਹੈ ਸੱਜਣੋ ਜਾਣਕਾਰੀ ਜਿੰਨੀ ਮੈਨੂੰ ਮਿਲੀ ਹੈ ਉਹ ਮੈਂ ਤੁਹਾਨੂੰ ਦੱਸ ਦੇਣੀ ਹੈ ਤੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਤੇ ਧਿਆਨ ਦੇ ਨਾਲ ਵੀਡੀਓ ਦੇਖਿਓ ਦੋਸਤੋ ਆ ਜਿਹੜੀ ਸਕਰੀਨ ਤੇ ਤੁਸੀਂ ਦੇਖ ਰਹੇ ਆ ਘੋੜੀ ਐ ਦੋਸਤੋ 4 ਸਾਲੇ ਦੀ ਉਮਰ ਐ ਤੇ ਹਾਈਟ ਐ ਜਿਹੜੀ 59 ਇੰਚ ਬਾਈ ਹੁਣਾ ਨੇ ਦੱਸੀ ਐ ਤੇ ਉਮਰ ਇਹਦੀ 4 ਸਾਲ ਦੱਸੀ ਐ ਦੂਜੀ ਮੇਰੀ ਜਿਹੜੀ ਇਹ ਪ੍ਰੈਗਨੈਂਟ ਹੋਈ ਵੀ ਐ ਹੁਣ 6 ਮਹੀਨੇ ਦੀ ਗੱਭਣ ਐ ਬਾਈ ਹੁਣਾ ਨੇ ਦੱਸੀ ਐ ਤੇ ਇਹ ਕੁੜੀ ਖੁਆਬ ਆਸਟ੍ਰੇਲੀਅਨ ਐ ਜਿਹੜਾ ਅਲੀਸ਼ਾਨ ਦਾ ਬੱਚਾ ਐ ਜੇ ਮੈਂ ਨਹੀਂ ਭੁੱਲਦਾ ਤਾਂ ਬਾਈ ਗੁਰਦੇਵ ਫੋਟੋਗ੍ਰਾਫੀ ਵਾਲੇ ਜਿਹੜੇ ਉਹਨਾਂ ਕੋਲ ਇਸ ਟਾਲੀ ਨੇ ਖੁਆਬ ਉਦੋਂ ਇਹ 6 ਮਹੀਨੇ ਦੀ ਗੱਬਣਾ ਦੋਸਤੋ ਬਾਕੀ ਨੰਬਰ 22 ਹੁਣਾਂ ਦਾ ਸਕਰੀਨ ਤੇ ਲੱਗਾ ਜਿਆਦਾ ਜਾਣਕਾਰੀ ਤੁਸੀਂ ਉਹਨਾਂ ਤੋਂ ਲੈ ਲੈਣੀ ਹੈ ਏਰੀਆ ਬਾਈ ਹੁਣਾਂ ਦਾ ਸ੍ਰੀ ਅਮਰitsar ਸਾਹਿਬ ਜ਼ਿਲ੍ਹੇ ਦਾ ਪਿੰਡ ਹੈ 에어ਪੋਰਟ ਦੇ ਨੇੜੇ ਜੇ ਬਾਈ ਹੁਣਾਂ ਨੇ ਦੱਸਿਆ ਜਿੱਥੇ ਇਹ ਖੜੀ ਹੈ ਨੰਬਰ 22 ਹੁਣਾਂ ਦਾ ਸਕਰੀਨ ਤੇ ਲੱਗਾ ਹੈ ਮੁੱਲ ਹੈ ਜਿਹੜਾ ਬਾਈ ਹੁਣੀ ਫੋਨ ਤੇ ਕਰਨਗੇ ਦੋਸਤੋ ਸੋ ਨੰਬਰ ਸਕਰੀਨ ਤੇ ਲੱਗਾ ਹੋਇਆ ਹੈ ਜਿਆਦਾ ਜਾਣਕਾਰੀ ਆਸਤੇ ਤੇ ਜਿਹੜੀ ਮੁੱਲ ਦੀ ਤੁਸੀਂ ਡਿਟੇਲ ਲੈਣੀ ਹੈ ਉਹ ਬਾਈ ਹੁਣਾਂ ਦੇ ਨਾਲ ਸੰਪਰਕ ਕਰਕੇ ਲੈ ਸਕਦੇ ਆਂ ਦੋਸਤੋ ਸੋ ਕਰੋ ਸੰਪਰਕ ਬਾਈ ਹੁਣਾ ਦੇ ਨਾਲ ਤੇ ਲਓ ਇਹਦੀ ਹੋਰ ਡਿਟੇਲ ਅੱਗੇ ਦੋਸਤੋ ਤੁਹਾਨੂੰ ਆਪਾਂ ਇੱਕ ਹੋਰ ਚੰਬੀ ਘੋੜੀ ਦਿਖਾਉਣ ਲੱਗੇ ਆ ਲਾਲ ਚੰਬੀ ਘੋੜੀ ਐ ਇਹਦੀ ਉਮਰ ਦੀ ਜੇ ਗੱਲ ਕਰੀਏ ਤਾਂ ਸੱਜਣੋ ਬਾਈ ਹੁਣਾ ਨੇ ਇਹਦੀ ਉਮਰ 7 ਸਾਲ ਦੱਸੀ ਐ ਤੇ ਹਾਈਟ ਐ ਜਿਹੜੀ ਇਹਦੀ 60 ਇੰਚ ਦੱਸੀ ਐ ਬਾਈ ਹੁਣਾ ਨੇ ਇਸ ਟਾਈਮ ਤੇ ਜਿਹੜੀ ਘੋੜੀ ਐ 3 ਮਹੀਨੇ ਦੀ ਗੱਬਣ ਵੀ ਐ ਦੋਸਤੋ ਨੁਕਰੇ ਘੋੜੇ ਤੋਂ ਬਾਕੀ ਸਵਾਰੀ ਦੀ ਜਿਹੜੀ ਇਹ ਘੋੜੀ ਪਾਸ ਐ ਥੋੜੀ ਜੀ ਲੱਸੀ ਜ਼ਰੂਰ ਹੈਗੀ ਹੈ ਲੱਸੀ ਹੈ ਪਰ ਜੇ ਕੋਈ ਸੰਭਾਈ ਵਾਲਾ ਬੰਦਾ ਮਿਲ ਗਿਆ ਤਾਂ ਜਿਹੜੀ ਘੋੜੀ ਚੰਗੀ ਹੈ ਦੋਸਤੋ ਬਾਡੀ ਬੰਤਰ ਦੀ ਚੰਗੀ ਹੈ ਅੱਗੇ ਜਾ ਕੇ ਵਧੀਆ ਬੱਚਾ ਦੇ ਸਕਦੀ ਹੈ ਸਵਾਰੀ ਦੀ ਪਾਸ ਹੈ ਤੁਸੀਂ ਦੇਖ ਸਕਦੇ ਆ ਚਾਲ ਵਗੈਰਾ ਬਹੁਤ ਵਧੀਆ ਚੰਗੀ ਸੋਹਣੀ ਚਾਲ ਚੱਲਦੀ ਹੈ ਚੰਗੀ ਵਧੀਆ ਚਾਲ ਦੀ ਪਾਸ ਘੋੜੀ ਹੈ ਦੋਸਤੋ ਲੱਸੀ ਥੋੜੀ ਜੀ ਹੈਗੀ ਹੈ ਤੁਸੀਂ ਦੇਖ ਵੀ ਸਕਦੇ ਆ ਕਾਫੀ ਲੱਸੀ ਹੈ ਪਰ ਸੰਭਾਈ ਵਾਲਾ ਬੰਦਾ ਮਿਲ ਗਿਆ ਤਾਂ ਇਹਦੀ ਸਾਂਭ ਸੰਭਾਲ ਹੋ ਸਕਦੀ ਹੈ ਵਧੀਆ ਬੱਚਾ ਦੇ ਸਕਦੀ ਹੈ ਦੋਸਤੋ 3 ਮਹੀਨਿਆਂ ਦੀ ਗੱਬਣਾ ਬਾਈ ਹੁਣਾਂ ਨੇ ਦੱਸਿਆ ਬਾਈ ਹੁਣਾਂ ਦਾ ਜਿਹੜਾ ਪੰਡ ਹੈ ਉਹ ਵਾਂਦਰ ਹੈ ਸ਼ਾਇਦ ਮੋਗੇ ਜ਼ਿਲ੍ਹੇ ਦਾ ਪੰਡ ਹੈ ਮੇਰਾ ਖਿਆਲ ਨੰਬਰ ਬਾਈ ਹੁਣਾਂ ਦਾ ਸਕਰੀਨ ਤੇ ਲੱਗਾ ਹੈ ਮੁੱਲ ਦੀ ਜੇ ਗੱਲ ਕਰੀਏ ਤਾਂ ਬਾਈ ਨੇ ਕਹੇ ਮੁੱਲੇ ਦਾ ਲੱਖੋਂ ਥੱਲੇ ਹੀ ਦੇ ਦੇਣੀ ਹੈ ਖਾਲੀ ਘੋੜੀ ਵਾਲੇ ਮੁੱਲ ਦੇ ਵਿੱਚ ਹੀ ਦੇਣੀ ਹੈ ਹੈ 3 ਮਹੀਨਿਆਂ ਦੀ ਗੱਬਣਾ ਸੋ ਨੰਬਰ ਜਿਹੜਾ ਸਕਰੀਨ ਤੇ ਲੱਗਾ ਹੈ ਦੋਸਤੋ ਜਿਆਦਾ ਜਾਣਕਾਰੀ ਵਾਸਤੇ ਬਾਈ ਹੁਣਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਆਂ ਤੀਸਰੇ ਨੰਬਰ ਤੇ ਦੋਸਤੋ ਆ ਇੱਕ ਹੋਰ ਬਸ਼ੇਰੀ ਹੈ ਕਾਲੀ ਚੰਬੀ ਬਸ਼ੇਰੀ ਹੈ ਪੂਰੀ ਸ਼ਕੀਨ ਬਸ਼ੇਰੀ ਹੈ ਦੋਸਤੋ ਗਰਦਨ ਬਹੁਤ ਸੋਹਣੀ ਹੈ ਬਸ਼ੇਰੀ ਦੇ ਤੇ ਬਾਕੀ ਮੂੰਹ ਮੱਥੇ ਦੀ ਸੋਹਣੀ ਹੈ ਇਹ ਜਿਹੜੀ ਬਸ਼ੇਰੀ ਹੈ 11 ਕ ਮਹੀਨੇ ਦੀ ਉਮਰ ਹੈ ਇਸ ਟਾਈਮ ਤੇ ਤੇ 56 ਇੰਚ ਜਿਹੜੀ ਹਾਈਟ ਬਾਈ ਹੁਣਾਂ ਨੇ ਦੱਸੀ ਹੈ ਵਾਲ ਪੌਰੀਆਂ ਦੀ ਬਿਲਕੁਲ ਸਾਫ਼ ਹੈ ਅਬੌਰ ਬਲੱਡ ਲਾਈਨ ਦਾ ਘੋੜਾ ਜਿਹਦੀ ਇਹ ਬੱਚੀ ਹੈ ਦੋਸਤੋ ਮੋਲੇ ਦਾ ਬਾਈ ਹੁਣੀ 90000 ਰੁਪਇਆ ਕਰਦੇ ਆ ਬਾਕੀ ਮੌਕੇ ਤੇ ਜਿਹੜਾ ਮਾਨਤਾ ਜਰੂਰ ਕੀਤਾ ਜਾਊਗਾ ਇਹ ਜਿਹੜੀ ਬਸ਼ੇਰੀ ਹੈ ਦੋਸਤੋ ਮਾਨਸਾ ਜ਼ਿਲ੍ਹੇ ਦੇ ਵਿੱਚ ਖੜੀ ਹੈ ਬਾਈ ਹੁਣਾ ਦੇ ਕੋਲੇ ਨੰਬਰ ਬਾਈ ਦਾ ਸਕਰੀਨ ਤੇ ਲੱਗਾ ਹੋਇਆ ਹੈ ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਬਾਈ ਹੁਣਾ ਦੇ ਨਾਲ ਸੰਪਰਕ ਕਰ ਲੈਣਾ ਜਿਹੜੀ ਇਹਦੀ ਕੋਈ ਮਲ ਹੋਗੈਰਾ ਦੀ ਜਾਂ ਕੋਈ ਤੁਸੀਂ ਹੋਰ ਡਿਟੇਲ ਲੈਣੀ ਹੈ ਤਾਂ ਬਾਈ ਹੁਣਾ ਤੋਂ ਫੋਨ ਕਰਕੇ ਉਹਨਾਂ ਦੇ ਨਾਲ ਗੱਲਬਾਤ ਤੁਸੀਂ ਕਰ ਲੈਣੀ ਹੈ ਸੱਜਣੋ ਬਸ਼ੇਰੀ ਸੋਹਣੀ ਹੈ ਮੂੰਹ ਮੱਥੇ ਦੀ ਚੰਗੀ ਹੈ ਸੋਹਣੇ ਸ਼ਕੀਨ ਕੰਨਾਂ ਦੀ ਬਸ਼ੇਰੀ ਹੈ ਚੰਗੀ ਵਧੀਆ ਚੰਗੀ ਹਾਈਟ ਕਰਨ ਵਾਲੀ ਬਸ਼ੇਰੀ ਹੈ ਦੋਸਤੋ ਲਾਥਲੂਤ ਬਹੁਤ ਲੰਬੀ ਲੱਗੀ ਹੋਈ ਹੈ ਗਰਦਨ ਵੀ ਸੋਹਣੀ ਲੰਬੀ ਲੱਗੀ ਹੋਈ ਹੈ ਬਸ਼ੇਰੀ ਦੇ ਦੋਸਤੋ ਸੋ ਕਰੋ ਗੱਲ ਬਾਈ ਹੋਣਾ ਦੇ ਨਾਲ ਤੇ ਲਾਉ ਡਿਟੇਲ ਅੱਗੇ 3 ਨੰਬਰ ਤੇ ਦੋਸਤੋ ਆ ਇੱਕ ਘੋੜੀ ਹੈ ਮਾਰਵਾੜੀ ਘੋੜੀ ਹੈ ਦੋਸਤੋ ਤਿੰਨ ਪੈਰੇ ਦੇ ਚਿੱਟੇ ਹੈ ਤੇ ਮੱਥੇ ਦੇ ਵਿੱਚ ਇਹਦੇ ਪਟਾ ਹੈ ਇਹ ਜਿਹੜੀ ਘੋੜੀ ਹੈ ਇਸ ਟਾਈਮ ਤੇ ਖਾਲੀ ਹੈ ਉਮਰ ਇਹਦੀ ਹੈਗੀ ਹੈ 5 ਸਾਲ ਬਾਈ ਹੁਣਾਂ ਨੂੰ ਦੱਸੀ ਗਈ ਹੈ ਰੇਵੀਆ ਚਾਲਦੀ ਇਹ ਵੀ ਪਾਸ ਆ ਦੋਸਤੋ ਬਹੁਤ ਵਧੀਆ ਚੰਗੀ 30 ਦੀ ਸਪੀਡ ਦੀ ਬਾਈ ਹੁਣਾਂ ਨੇ ਦੱਸਿਆ ਵੀ ਰੇਵੀਆ ਚਾਲ ਚਲਦੀ ਹੈ ਚੰਗੀ ਸੋਹਣੀ ਚਾਲ ਚਲਦੀ ਹੈ ਇਸ ਟਾਈਮ ਤੇ ਜਿਹੜੀ ਘੋੜੀ ਇਹ ਖਾਲੀ ਹੈ ਅੰਦਰ ਦੀ ਬਿਲਕੁਲ ਸਾਫ਼ ਹੈ ਬਾਈ ਹੁਣਾਂ ਨੇ ਚੈੱਕ ਕਰਵਾਈ ਹੋਈ ਹੈ ਇਹਦਾ ਮੁੱਲ ਜਿਹੜਾ ਬਾਈ ਹੁਣੀ 120000 ਰੁਪਇਆ ਕਰਦੇ ਆ ਦੋਸਤੋ ਬਾਕੀ ਮੌਕੇ ਤੇ ਜਿਹੜਾ ਮਾਨਤਨ ਕੀਤਾ ਜਾਊਗਾ ਘੋੜੀ ਸੋਹਣੀ ਹੈ ਬਾਡੀ ਬੰਤਰ ਦੀ ਚੰਗੀ ਹੈ ਇਹਦੇ ਨਾਲ ਹੀ ਇੱਕ ਹੋਰ ਘੋੜੀ ਬਾਈ ਹੁਣਾਂ ਕੋਲੇ ਆ ਜਿਹੜੀ ਇਹ ਵੀ ਮਾਰਵਾੜੀ ਘੋੜੀ ਹੈ ਇਹਦੇ ਮੱਥੇ ਫੁੱਲ ਹੈ ਦੋਸਤੋ ਇਹ ਵੀ ਚੰਗੇ ਬਾਡੀ ਬੰਤਰ ਦੀ ਹੈ ਤੇ ਸੋਹਣੇ ਸ਼ਕੀਨ ਕੰਨਾਂ ਦੀ ਹੈ ਮੂੰਹ ਮੱਥੇ ਦੀ ਚੰਗੀ ਹੈ ਦੋਸਤੋ ਇਹ ਵੀ ਜਿਹੜੀ ਘੋੜੀ ਹੈ ਇਹਦੀ ਹਾਈਟ ਵੀ 60 ਇੰਚ ਹੈ ਤੇ ਉਮਰ ਜਿਹੜੀ ਇਹਦੀ 7 ਸਾਲ ਬਾਈ ਹੁਣਾਂ ਲੋ ਦੱਸੀ ਗਈ ਹੈ ਵਾਲ ਪੌਰੀਆਂ ਦੀ ਸਾਫ਼ ਹੈ ਇਹ ਵੀ ਅੰਦਰ ਦੀ ਬਿਲਕੁਲ ਸਾਫ਼ ਹੈ ਇਹ ਵੀ ਚੈੱਕ ਕਰਵਾਈ ਹੋਈ ਹੈ ਬਾਈ ਹੁਣਾਂ ਨੇ ਇਹਦਾ ਮੁੱਲ ਜਿਹੜਾ 1,10,000 ਰੁਪਿਆ ਕਰਦੇ ਆ ਦੋਸਤੋ ਸੋ ਦੋਨੋਂ ਹੀ ਘੋੜੀਆਂ ਜਿਹੜੀਆਂ ਇਹ ਬਾਈ ਹੁਣਾਂ ਕੋਲੇ ਇੱਕ ਘਰੇ ਖੜੀਆਂ ਨੇ ਨੰਬਰ ਬਾਈ ਹੁਣਾਂ ਦਾ ਸਕਰੀਨ ਤੇ ਲੱਗਾ ਹੋਇਆ ਹੈ ਪਿੰਡ ਬਾਈ ਹੁਣਾਂ ਦਾ ਫਤੇਗੜ ਪੰਜ ਗਰਾਈਆਂ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਦੋਸਤੋ ਜਿੱਥੇ ਇਹ ਖੜੀਆਂ ਹੈ ਮੁੱਲ ਠੀਕ ਠੀਕ ਬਾਈ ਹੁਣਾਂ ਵੱਲੋਂ ਕੀਤਾ ਗਿਆ ਦੂਸਰੀ ਘੋੜੀ ਦੀ ਵੀ ਹਾਈਟ 60 ਇੰਚ ਹੈ ਤੇ ਇਹ ਘੋੜੀ ਦੀ ਵੀ ਹਾਈਟ ਜਿਹੜੀ 60 ਇੰਚ ਹਾਈਟ ਹੈ ਇਸ ਟਾਈਮ ਤੇ ਦੋਨੋਂ ਘੋੜਗਾਂ ਹੀ ਖਾਲੀ ਹੈ ਤੇ ਮੁੱਲ ਇੱਕ ਦਾ 1 20 ਕੀਤਾ ਤੇ ਇਹ ਦੂਸਰੀ ਦਾ ਜਿਹੜਾ 1 ਲੱਖ 10000 ਰੁਪਏ ਕੀਤਾ ਗਿਆ ਬਾਈ ਹੁਣਾਂ ਵੱਲੋਂ ਸੋ ਬਾਕੀ ਜ਼ਿਆਦਾ ਜਾਣਕਾਰੀ ਤੁਸੀਂ ਬਾਈ ਦੇ ਨਾਲ ਫੋਨ ਤੇ ਗੱਲ ਕਰਕੇ ਲੈ ਲੈਣੀ ਹੈ ਸੱਜਣੋ ਚੌਥੇ ਨੰਬਰ ਤੇ ਦੋਸਤੋ ਤੁਹਾਨੂੰ ਆ ਇੱਕ ਹੋਰ ਘੋੜੀ ਦਿਖਾਉਣ ਲੱਗੇ ਆ ਇਹ ਘੋੜੀ ਜਿਹੜੀ ਹੈਗੀ ਆ ਦੋਸਤੋ ਇਹਦੀ ਉਮਰ 22 ਹੁਣਾਂ ਨੇ 6 ਸਾਲ ਦੱਸੀ ਹੈ ਤੇ ਹਾਈਟ ਜਿਹੜੀ ਇਹਦੀ ਹੈਗੀ ਹੈ 60 ਇੰਚ ਹੈ ਵਾਲ ਪੌਰੀਆਂ ਦੀ ਸਾਫ਼ ਆ ਬਾਈ ਹੁਣਾਂ ਲੋ ਦੱਸਣ ਮੁਤਾਬਕ ਇਹ ਘੋੜੀ ਨੂੰ ਮੇਟ ਕਰਵਾਈ ਨੂੰ ਬਾਈ ਹੁਣਾਂ ਨੇ ਦੱਸਿਆ ਵੀ 42 ਦਿਨ ਹੋ ਗਏ ਉਹਨਾਂ ਨੇ ਤਾਂ ਗੱਭਣੀ ਕਿਹਾ ਵੀ ਗੱਭਣਾ ਹੈ ਬਾਕੀ ਦੋਸਤੋ ਇਹ ਮੈਨੂੰ ਦੱਸਿਆ ਨਹੀਂ ਵੀ ਚੈੱਕ ਪਾਸ ਹੋਈ ਵੀ ਹੈ ਕਿ ਨਹੀਂ ਇਹ ਤੁਸੀਂ ਨੰਬਰ ਤੇ ਬਾਈ ਹੁਣਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਤੋਂ ਜ਼ਿਆਦਾ ਜਾਣਕਾਰੀ ਜਿਹੜੀ ਲੈ ਲੈਣੀ ਹੈ ਸੱਜਣੋ ਮੋਲੇ ਦਾ ਜਿਹੜਾ ਬਾਈ ਹੁਣੀ 140000 ਰੁਪਇਆ ਕਰਦੇ ਐ ਪਿੰਡ ਬਾਈ ਹੁਣਾ ਦਾ ਭਾਗਪੁਰ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਹੈ ਜਿੱਥੇ ਇਹ ਖੜੀ ਹੈ ਜ਼ਿਆਦਾ ਜਾਣਕਾਰੀ ਆਸਤੇ ਤੁਸੀਂ ਬਾਈ ਹੁਣਾ ਦੇ ਨਾਲ ਸੰਪਰਕ ਕਰ ਲੈਣਾ ਤੇ ਜਿਹੜੀ ਡਿਟੇਲ ਹੈ ਤੁਸੀਂ ਉਹਨਾਂ ਤੋਂ ਹੋਰ ਉਹ ਬਾਈ ਹੁਣਾ ਦੇ ਨਾਲ ਤੁਸੀਂ ਗੱਲਬਾਤ ਕਰਕੇ ਉਹਨਾਂ ਤੋਂ ਲੈ ਲੈਣੀ ਹੈ 42 ਦਿਨ ਹੋ ਗਏ ਇਹਨੂੰ ਮੇਟ ਕਰਵਾਈ ਨੂੰ ਚੈੱਕ ਪਾਸ ਹੋਈ ਹੈ ਜਾਂ ਨਹੀਂ ਹੋਈ ਉਹ ਤੁਸੀਂ ਸੰਪਰਕ ਕਰਕੇ ਬਾਈ ਹੁਣਾ ਦੇ ਨਾਲ ਉਹਨਾਂ ਤੋਂ ਜਾਣਕਾਰੀ ਲੈ ਲਿਓ ਸੱਜਣੋ ਸੋ ਕਰੋ ਸੰਪਰਕ ਬਾਈ ਹੁਣਾਂ ਦੇ ਨਾਲ ਤੇ ਲਓ ਇਹਦੀ ਡਿਟੇਲ ਅੱਗੇ ਦੋਸਤੋ ਆਪਾਂ ਤੁਹਾਨੂੰ ਇੱਕ ਆ ਬਸ਼ੇਰਾ ਦਿਖਾਉਣ ਲੱਗੇ ਆ ਬਹੁਤ ਹੀ ਸ਼ਕੀਨ ਕੰਨਾਂ ਦਾ ਤੇ ਬਹੁਤ ਹੀ ਸੋਹਣੇ ਮੂੰਹ ਮੱਥੇ ਦਾ ਬਸ਼ੇਰਾ ਹੈ ਦੋਸਤੋ ਇਹ ਜਿਹੜਾ ਬਸ਼ੇਰਾ ਬਾਈ ਹੁਣਾਂ ਨੇ ਦੱਸਿਆ ਵੀ ਬਾਕਰਪੁਰ ਵਾਲੇ ਨੂਰੇ ਦਾ ਬੱਚਾ ਹੈ ਵਿਧ ਪ੍ਰੂਫ ਉਹ ਕਹਿੰਦੇ ਪ੍ਰੂਫ ਵੀ ਜਿਹੜਾ ਤੁਹਾਨੂੰ ਇਹ ਮਿਲ ਜੂਗਾ ਇਹ ਬਾਕਰਪੁਰ ਵਾਲੇ ਨੂਰੇ ਦਾ ਬੱਚਾ ਹੈ ਇਹ ਬਾਡੀ ਬੰਤਰ ਦਾ ਚੰਗਾ ਹੈ ਦੋਸਤੋ ਮੂੰਹ ਮੱਥੇ ਦਾ ਸ਼ਕੀਨ ਹੈ ਬਾਕੀ ਕੰਨ ਕੰਨ ਕਰੋਤੀ ਦਾ ਵੀ ਸ਼ਕੀਨ ਆ ਦੋਸਤੋ ਚੰਗੇ ਸੋਹਣੇ ਕੰਨ ਲੱਗੇ ਹੋਏ ਐ ਇਹ ਜਿਹੜਾ ਬੱਚਾ ਹੈ 7 ਮਹੀਨੇ ਉਮਰ ਦੀ ਇਸ ਟਾਈਮ ਤੇ ਇਸ ਬਸ਼ੇਰੇ ਦੀ ਹੈਗੀ ਆ ਦੋਸਤੋ ਦਿੱਲੀ ਦੇ ਵਿੱਚ ਇਹ ਖੜਾ ਹੈ ਬਸ਼ੇਰਾ ਨੰਬਰ 22 ਹੁਣਾਂ ਦਾ ਸਕਰੀਨ ਤੇ ਲੱਗਾ ਹੋਇਆ ਮੁੱਲ ਦੀ ਇਹ ਗੱਲ ਕਰੀਏ ਤਾਂ ਮੁੱਲ ਜਿਹੜਾ ਬਾਈ ਹੁਣੀ ਇਹਦਾ 2.5 ਲੱਖ ਰੁਪਈਆ ਕਰਦੇ ਐ ਬਾਕੀ ਜਿਹੜਾ ਮੌਕੇ ਤੇ ਦੋਸਤੋ ਮਾਨਤਨ ਹੋਊਗਾ ਸੋ ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਬਾਈ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਆ ਨੰਬਰ ਸਕਰੀਨ ਤੇ ਲੱਗਾ ਹੋਇਆ ਸੱਜਣੋ ਸੋ ਜਿਹੜੀ ਵੀ ਜਾਣਕਾਰੀ ਓਨਰ ਵੀਰਾਂ ਨਾਲੋਂ ਮੈਨੂੰ ਦੱਸੀ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਲਈ ਹੈ ਸੱਜਣੋ ਸਾਰੇ ਜਾਨਵਰਾਂ ਦੀ ਨੰਬਰ ਸਾਰਿਆਂ ਦੇ ਅਲੱਗ-ਅਲੱਗ ਸਕਰੀਨ ਤੇ ਲੱਗੇ ਹੋਏ ਆ ਜਿਹੜਾ ਜਾਨਵਰ ਤੁਹਾਨੂੰ ਚੰਗਾ ਲੱਗਦਾ ਉਸ ਮਾਲਕ ਦੇ ਨਾਲ ਉਸ ਓਨਰ ਵੀਰ ਦੇ ਨਾਲ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਉਹਨਾਂ ਦੀ ਜ਼ਿਆਦਾ ਜਿਹੜੀ ਜਾਣਕਾਰੀ ਹੈ ਹੋਰ ਡਿਟੇਲ ਹੈ ਉਹ ਤੁਸੀਂ ਲੈ ਸਕਦੇ ਆ ਜਾਣਕਾਰੀ ਨੂੰ ਤੁਸੀਂ ਵੈਰੀਫਾਈ ਕਰਨਾ ਉਹਦੀ ਜਾਂਚ ਪੜਤਾਲ ਕਰਨੀ ਉਹ ਤੁਸੀਂ ਆਪ ਕਰ ਲੈਣੀ ਹੈ ਸੱਜਣੋ ਮੈਂ ਤੁਹਾਨੂੰ ਜਿੰਨੀ ਕਿ ਜਾਣਕਾਰੀ ਮੈਨੂੰ ਮਿਲੀ ਸੀਗੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੁਸੀਂ ਬਣੇ ਰਹੋ ਆਪਣੇ ਇਸ ਚੈਨਲ ਦੇ ਨਾਲ ਈਦਾਂ ਨਹੀਂ ਹਰ ਰੋਜ਼ ਨਵੀਆਂ ਵੀਡੀਓ ਦੇਖਣ ਦੇ ਲਈ ਤੇ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਆ ਆਪਣੇ ਕਿਸੇ ਜਾਨਵਰ ਦੀ ਐਡ ਇਸ ਚੈਨਲ ਤੇ ਲਵਾਉਣ ਵਾਸਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਦੋਸਤੋ ਧੰਨਵਾਦ